ਤੁਸੀਂ ਇਹਦੇ ਉੱਪਰ ਬਾਕਸ ਬਣਾਇਆ ਜੀ, ਇਹਨੂੰ ਪਹਿਲਾਂ ਇਹ ਕੀ ਹੁੰਦੇ ਸੀ ਉੱਪਰੋਂ, ਮਤਲਬ ਕਿ ਕਵਰ ਨਹੀਂ ਹੁੰਦੇ ਸੀ ਜੀ, ਤਾਂ ਇਹਦੇ ਉੱਪਰ ਹੁਣ ਆਪਾਂ ਆਹ ਚੀਜ਼ ਨਵੀਂ ਐਡ ਕਰਤੀ ਕਿ ਉੱਪਰੋਂ ਹੀ ਕਵਰ ਹੋ ਜਾਂਦਾ? ਇਹ ਸਰ ਪਤਾ ਕੀ ਆ, ਇਹਦੇ ਵਿੱਚ ਕਵਰ ਤਾਂ ਪਹਿਲਾਂ ਹੀ ਸੀਗਾ। ਬਹੁਤੇ ਫਾਰਮਰ ਕੀ ਹੁੰਦੇ ਸੀਗੇ ਜਿਨ੍ਹਾਂ ਨੇ ਜਿਵੇਂ ਵਾਰ ਵਾਰ ਇਹਦੇ ਵਿੱਚ ਜੀਨਸ ਪਾਣੀ ਹੈ ਤਾਂ ਉਹਨਾਂ ਨੂੰ ਵਾਰ ਵਾਰ ਹਾਂਜੀ ਕਿਸਾਨ ਵੀਰੋ, ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਸ਼ਹਿਰ ਦੇ ਵਿੱਚ, ਜਿੱਥੇ ਕਿ ਕਿਸਾਨ ਮੇਲਾ ਲੱਗਿਆ ਹੋਇਆ ਬਹੁਤ ਹੀ ਵੱਡਾ। ਅਤੇ ਇੱਥੇ ਅਸੀਂ ਤੁਹਾਨੂੰ ਅੱਜ ਅਸੀਂ ਲੈ ਕੇ ਪਹੁੰਚੇ ਹਾਂ ਸ਼ਕਤੀਮਾਨ ਮੇਕਿੰਗ ਐਗਰੀਕਲਚਰ ਮੋਰ ਇੰਪਲੀਮੈਂਟਸ, ਜੋ ਕਿ ਮਤਲਬ ਕਿ ਇਹ ਬਣਾਉਂਦੇ ਆ, ਠੀਕ ਹੈ, ਜੋ ਮਕੈਨੀਕਲ ਦੇ ਉੱਪਰ ਇਹਨਾਂ ਦਾ ਸਪੈਸ਼ਲ ਕੰਮ ਕਰਦੇ ਆ, ਐਗਰੀਕਲਚਰ ਦੇ ਇੰਪਲੀਮੈਂਟ ਬਣਾਉਂਦੇ ਆ। ਆਪਣੇ ਨਾਲ ਸਰ ਮੌਜੂਦ ਨੇ ਜੋ ਕਿ ਇਹਨਾਂ ਕੋਲ, ਜਿੱਦਾਂ ਕਿ ਇਹ ਵਾਲੀ ਮਸ਼ੀਨ ਹੈ, ਇਹਦਾ ਕੀ ਨਾਮ ਹੈ, ਕੀ ਕੰਮ ਕਰਦੇ, ਅਤੇ ਇਹਦੇ ਵਿੱਚ ਲੇਟੈਸਟ ਕੀ ਹੈ ਕਿਸਾਨਾਂ ਦੇ ਲਈ, ਇਹਦੇ ਵਿੱਚ ਨਵਾਂ ਕੀ ਹੈ, ਅਤੇ ਸਾਡੇ ਕਿਸਾਨ ਭਰਾ ਇਹਦੇ ਤੋਂ ਕੀ ਲਾਹਾ ਲੈ ਸਕਦੇ ਹੈ, ਇਹ ਸਾਰਾ ਆਪਣੇ ਨਾਲ ਮੌਜੂਦ ਹੈ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਸਰ ਠੀਕ ਹੋ? ਹਾਂਜੀ ਬਹੁਤ ਵਧੀਆ। ਸਰ ਆਪਣਾ ਨਾਮ ਤੁਹਾਡਾ ਕੀ ਹੈ ਜੀ? ਮੇਰਾ ਨਾਮ ਸਰਦਾਰ ਮਨਜਿੰਦਰ ਸਿੰਘ ਹੈ ਜੀ। ਮੈਂ ਧਾਲੀਵਾਲ ਫਾਰਮ ਮਸ਼ੀਨਰੀ ਪ੍ਰਾਈਵੇਟ ਲਿਮਟਿਡ ਮੁੱਲਾਪੁਰ, ਹਾਂਜੀ, ਬੱਲੀਓ ਇੱਥੇ ਆਇਆ ਵਾਂ ਜੀ। ਸਾਡੇ MD ਸਰਦਾਰ ਰਵਦੀਪ ਸਿੰਘ ਧਾਲੀਵਾਲ ਨੇ ਜੀ। ਜੀ ਜੇ ਜ਼ਿਆਦਾ ਜਾਣਕਾਰੀ ਹੋਰ ਵੀ ਇਸ ਤੋਂ ਵੱਧ ਲੈਣੀ ਹੋਵੇ ਤਾਂ ਤੁਸੀਂ 98035 10000 'ਤੇ ਵੀ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਜੀ। ਇਹ ਸਾਡੀ ਕੰਪਨੀ ਨੇ ਜੀ, ਸ਼ਕਤੀਮਾਨ ਨੇ ਇਸ ਵਾਰ ਇਹ ਸੁਪਰ ਸੀਡਰ ਲਾਂਚ ਕੀਤਾ, ਲੇਕਿਨ 2-3 ਸਾਲ ਤੋਂ ਜਾਣੀ ਇਹਦੇ 'ਤੇ ਟ੍ਰਾਇਲ ਚੱਲਦਾ ਸੀਗਾ ਜੀ। ਉਸ ਤੋਂ ਬਾਅਦ ਇਹਨਾਂ ਨੇ ਲਾਂਚ ਕੀਤਾ। ਇਹਦੇ ਵਿੱਚ ਆਮ ਸੁਪਰ ਸੀਡਰਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ, ਬਹੁਤ ਵਧੀਆ ਮਟੀਰੀਅਲ ਲੱਗਿਆ ਵਿੱਚ, ਲੋਹਾ ਬਹੁਤ ਵਧੀਆ ਲੱਗਿਆ ਉਹਦੇ ਨਾਲੋਂ ਜੀ। ਦੋਨੇ ਪਾਸੇ ਇਹਦੇ ਡੈਸਕਾਂ ਲੱਗੀਆਂ ਨੇ ਜੀ। ਸਾਡੀ ਕੰਪਨੀ ਦਾ ਅੰਦਰ ਹੀ ਜਿਹੜਾ ਗੇਅਰ ਬਾਕਸ ਆ ਅੰਦਰ ਤਿਆਰ ਹੁੰਦਾ, ਈਵਨ ਜਿੰਨੇ ਨਟ ਵਗੈਰਾ ਵੀ ਹੈਗਾ ਸਾਡੀ ਕੰਪਨੀ ਅੰਦਰ ਹੀ ਤਿਆਰ ਕਰਦੀ, ਅਸੀਂ ਬਾਹਰੋਂ ਕੋਈ ਚੀਜ਼ ਨਹੀਂ ਲੈਂਦੇ ਗੇ। ਠੀਕ ਹੈ। ਅਤੇ ਸਰ ਇਹਦੇ ਵਿੱਚ ਮਤਲਬ ਕਿ ਜੋ ਆਪਾਂ ਨਿਊ ਟੈਕਨੋਲੋਜੀ ਦੀ ਆਪਾਂ ਗੱਲ ਕਰਦੇ ਹਾਂ, ਤਾਂ ਨਿਊ ਟੈਕਨੋਲੋਜੀ ਨੂੰ ਲੈ ਕੇ ਇਹਦੇ ਵਿੱਚ ਨਵਾਂ ਤੁਸੀਂ ਕੀ ਐਡ ਕੀਤੀ ਹੈ ਇਹਦੇ ਵਿੱਚ? ਇਹਦੇ ਵਿੱਚ ਸਰ ਇੱਕ ਤਾਂ ਇਹ ਚੀਜ਼ ਦੇਖੋ ਨਾ, ਇਹਦੇ ਵਿੱਚ ਇਹਨੇ ਐਡਜਸਟਰ ਲੱਗੇ ਹੋਏ ਨੇ ਜੀ, ਕਦੇ ਵੀ ਇਹਨਾਂ ਨੂੰ ਜੰਗਾਲ ਨਹੀਂ ਪੈਂਦਾ। ਆਮ ਕੀ ਹੁੰਦਾ ਵਾ, ਜਿਵੇਂ ਆਮ ਮਸ਼ੀਨਾਂ ਨੇ ਸੁਪਰ ਸੀਡਰ ਨੇ, ਉਹਨਾਂ ਦੀ ਬੈਕ ਦੇ ਉੱਤੇ ਇਹਦਾ ਰੇ ਵੀ ਜਿਹੜਾ ਸੈੱਟ ਕਰਨਾ ਇੱਥੇ ਲੱਗੇ ਹੁੰਦੇ ਆ। ਕਈ ਵਾਰ ਕੀ ਹੁੰਦਾ ਵਾ, ਜਦੋਂ ਆਪਾਂ ਇਹਦੇ ਵਿੱਚ ਰੇ ਵਗੈਰਾ ਜਾਂ ਆਪਾਂ ਕਣਕ ਵਗੈਰਾ ਜਾਂ ਸੀਡ ਵਗੈਰਾ ਪਾਉਂਦੇ ਹਾਂ, ਤਾਂ ਜਿਹੜੇ ਆਪਣੇ ਮਜ਼ਦੂਰ ਬੰਦੇ ਹੁੰਦੇ ਆ, ਜਿਵੇਂ ਬਿਹਾਰ ਵਾਲੇ ਹੋ ਗਏ ਜਾਂ ਦੂਜੇ, ਕਈ ਵਾਰ ਨੌਲੇਜ ਨਹੀਂ ਹੁੰਦੀ, ਉਹ ਰੇਬਗੀ ਪਾਉਣ ਲੱਗਦੇ ਆ ਤਾਂ ਉਹ ਹਿੱਲ ਜਾਂਦੀ ਆ ਜੀ। ਉਹਦੇ ਨਾਲ ਕੀ ਹੁੰਦਾ ਵਾ, ਜਦੋਂ ਆਪਣੀ ਜੀਨਸ ਹਰੀ ਹੁੰਦੀ ਆ, ਕਈ ਜਗ੍ਹਾ ਦੇ ਉੱਤੇ ਬੀਜ ਦੀ ਵਾਧ ਘਾਟ ਹੋਣ ਕਰਕੇ ਉਹ ਪ੍ਰੋਪਰ ਨਹੀਂ ਹੁੰਦੀ ਗੀ। ਇਹਦੇ ਵਿੱਚ ਕੀ ਆ ਵੀ, ਜਿਵੇਂ ਐਡਜਸਟਰ ਆ, ਜਿੱਥੇ ਤੁਸੀਂ ਇੱਕ ਵਾਰ ਇਹਦਾ ਰੇਹ 'ਤੇ ਬੀਜ ਬੰਨ ਦੋਗੇ, ਤਾਂ ਇਹਦੀ ਜਿਹੜੀ ਜਾਣੀ ਕਹਿਣ ਦਾ ਮਤਲਬ ਵੀ ਪ੍ਰੋਪਰ ਬੀਜ ਅਤੇ ਰਿਓ ਦੋਨੇ ਚੀਜ਼ਾਂ ਬਿਲਕੁਲ ਵਧੀਆ ਇਕਸਾਰ ਬਣਗੀਆਂ ਜੀ। ਅਤੇ ਇੱਕ ਤੁਸੀਂ ਇਹਦੇ ਉੱਪਰ ਬਾਕਸ ਬਣਾਇਆ ਜੀ, ਇਹਨੂੰ ਪਹਿਲਾਂ ਇਹ ਕੀ ਹੁੰਦੇ ਸੀ ਉੱਪਰੋਂ, ਮਤਲਬ ਕਿ ਕਵਰ ਨਹੀਂ ਹੁੰਦੇ ਸੀ ਜੀ, ਤਾਂ ਇਹਦੇ ਉੱਪਰ ਹੁਣ ਆਪਾਂ ਆਹ ਚੀਜ਼ ਨਵੀਂ ਐਡ ਕਰਤੀ ਕਿ ਉੱਪਰੋਂ ਹੀ ਕਵਰ ਹੋ ਜਾਂਦਾ? ਇਹ ਸਰ ਪਤਾ ਕੀ ਆ, ਇਹਦੇ ਵਿੱਚ ਕਵਰ ਤਾਂ ਪਹਿਲਾਂ ਹੀ ਸੀਗਾ। ਬਹੁਤੇ ਫਾਰਮਰ ਕੀ ਹੁੰਦੇ ਸੀਗੇ ਜਿਨ੍ਹਾਂ ਨੇ ਜਿਵੇਂ ਵਾਰ ਵਾਰ ਇਹਦੇ ਵਿੱਚ ਜੀਨਸ ਪਾਣੀ ਆ, ਤਾਂ ਉਹਨਾਂ ਨੂੰ ਵਾਰ ਵਾਰ ਢੱਕਣ ਚੱਕਣਾ ਪੈਂਦਾ ਸੀਗਾ ਜੀ। ਉਹ ਕੀ ਕਰਦੇ ਸੀ, ਇਹਦਾ ਢੱਕਣੀ ਲਾਹ ਕੇ ਰੱਖ ਦਿੰਦੇ ਹੁੰਦੇ ਸੀਗੇ ਵੀ ਆਪਾਂ ਨੂੰ ਪਾਉਣ ਦੀ ਜਿਹੜੀ ਹੈਗੀ ਵਾਰ ਵਾਰ ਢੱਕਣ ਚੱਕਣ ਦੀ ਲੋੜ ਨਾ ਪਵੇ। ਬਾਕੀ ਕੁਛ ਕੰਪਨੀ ਵੱਲੋਂ ਕੀ ਆ, ਜਿਵੇਂ ਸੁਪਰ ਸੀਡਰ ਆ ਜੀ, ਜਿਵੇਂ ਆਪਾਂ ਆਮ ਖੇਤ ਦੇ ਵਿੱਚ ਹਲ ਫੇਰ ਕੇ ਬਾਅਦ ਦੇ ਵਿੱਚ ਸੁਹਾਗਾ ਫੇਰਦੇ ਹਾਂ, ਹਨਾ, ਇੱਦਾਂ ਹੀ ਇਹਦੇ ਵਿੱਚ ਇਹ ਆ, ਮੂਹਰੇ ਇਹਦੇ ਬਲੇਡ ਲੱਗੇ ਹੋਏ ਨੇ। ਮੈਂ ਤੁਹਾਨੂੰ ਨੀਰੀ ਕਿੰਨਾ ਦਿਖਾਉਂਦਾ ਪੂਰਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਜਿਵੇਂ ਹੁਣ ਇਹਦੇ ਵਿੱਚ ਇਹ ਇੱਕ ਤਰ੍ਹਾਂ ਦੇ ਜਿਵੇਂ ਆਪਣੇ ਬਲੇਡ ਲੱਗੇ ਹੋਏ ਨੇ, ਇਹ ਆਪਾਂ ਕੈਮਰੇ ਨਾਲ ਵੀ ਜ਼ਰੂਰ ਦਿਖਾ ਦਈਏ ਨਾ ਨਾਲ ਨਾਲ, ਇਹ ਜੋ ਨੀਚੇ ਵਾਲੇ ਬਲੇਡ ਆ ਇਹ ਜ਼ਰੂਰ ਦਿਖਾਓ ਨਾਲ ਨਾਲ। ਹਾਂਜੀ, ਜਿਵੇਂ ਇਹਦੇ ਵਿੱਚ ਬਲੇਡ ਲੱਗੇ ਨੇ, ਇਹ ਕਰਦੇ ਆ ਜੀ ਹਲਾਂ ਦਾ ਕੰਮ ਜਿਵੇਂ। ਓਕੇ। ਉਸ ਤੋਂ ਬਾਅਦ ਫਿਰ ਇਹਦੇ ਪਿੱਛੇ ਆ ਜਾਂਦਾ ਵਾ ਰੂਲਾ ਲੱਗਿਆ ਹੋਇਆ, ਜਿਵੇਂ ਆਪਾਂ ਕਹਿ ਦਈਏ ਵੀ ਜੇ ਸੁਹਾਗੇ ਦਾ ਕੰਮ ਕਰਦਾ ਜਿਹੜਾ ਇਹ ਵਾਲਾ ਆ ਗਿਆ ਇੱਥੇ ਵਾਲਾ। ਹਾਂ, ਇਹਦੇ ਨੀਚੇ ਲੱਗਿਆ। ਠੀਕ ਹੈ, ਹਾਂਜੀ। ਉਸ ਤੋਂ ਬਾਅਦ ਇਹਦੇ ਵਿੱਚ ਆ ਜਾਂਦੀ ਆ ਜੀ ਡਿਸਕ, ਅਤੇ ਨਾਲ ਇਹਦੇ ਵਿੱਚ ਆ ਜਾਂਦਾ ਜਿਹੜਾ ਜਿੱਥੇ ਰੇਹ ਵੀ ਡਿੱਗਣਾ ਵਾ, ਜਾਣੀ ਪੋਰ ਜਿਹਨੂੰ ਕਹਿ ਦਿੰਦੇ ਆਪਾਂ, ਜਾਣੀ ਕਹਿਣ ਦਾ ਮਤਲਬ ਹਲਾਂ ਨੇ ਜ਼ਮੀਨ ਪੱਟੀ, ਸੁਹਾਗੇ ਨੇ ਉਹਨੂੰ ਵਾਹਤਾ, ਅਤੇ ਨਾਲ ਦੀ ਨਾਲ ਜਿਵੇਂ ਡਿਸਕਾਂ ਦੇ ਵਿਚਕਾਰ ਦੀ ਬੀ ਪੈ ਗਏ ਬੈਕ, ਅਤੇ ਫਿਰ ਰੂਲਾ ਆ ਗਿਆ ਜੀ ਜਿਹਨੇ ਇਹਨੂੰ ਪ੍ਰੈਸ ਕਰ ਦੇਣਾ, ਉਹ ਮਤਲਬ ਕਿ ਬੀ ਉੱਤੋਂ ਪ੍ਰੋਪਰ ਪੂਰਾ ਵਧੀਆ ਚੰਗੇ ਢੰਗ ਨਾਲ ਕਵਰ ਹੋ ਜਾਂਦਾ। ਬੀ ਨੰਗਾ ਨਹੀਂ ਰਹੂਗਾ, ਜੇ ਬੀ ਨੰਗਾ ਹੋਊਗਾ ਤਾਂ ਜੀ ਉਹਨੂੰ ਕੋਈ ਜਾਨਵਰ ਵਗੈਰਾ ਜਾਂ ਕੋਈ ਜਿਵੇਂ ਚੂਹੇ ਵਗੈਰਾ ਨੇ ਉਹ ਨੁਕਸਾਨ ਪਹੁੰਚਾਉਂਦੇ ਜਾਂ ਜਿਵੇਂ ਮਤਲਬ ਕਿ ਆਪਾਂ ਕਣਕ ਦੀ ਗੱਲ ਕਰੀਏ, ਜੇ ਆਪਾਂ ਹਾਂ ਕਣਕ ਮੇਨ ਕਹਿ ਸਕਦੇ ਹਾਂ ਆਪਾਂ, ਜੇ ਆਪਾਂ ਨਰਮੇ ਦੀ ਗੱਲ ਕਰਦੇ ਹਾਂ ਤਾਂ ਉਹ ਮਤਲਬ ਕਿ ਜਿਵੇਂ ਕਹਿ ਦਿੰਦੇ ਕਿ ਉਹ ਕਰੰਡ ਹੋ ਗਿਆ ਪੰਜਾਬ ਦੇ ਵਿੱਚ ਆਪਣੇ, ਜਿਵੇਂ ਬੋਲਦੇ ਆ ਕਿ ਮਤਲਬ ਕਿ ਉੱਪਰ ਬਾਰਿਸ਼ ਪੈ ਜਾਂਦੀ ਆ ਤਾਂ ਉਹ ਬੀ ਖਰਾਬ ਹੁੰਦਾ, ਅਤੇ ਇਹਦੇ ਨਾਲ ਉਹ ਵੀ ਚੀਜ਼ ਖਤਰਾ ਘੱਟ ਜਾਂਦਾ। ਬੇਸਿਕਲੀ ਜਿਹੜਾ ਇਹ ਸੁਪਰ ਸੀਡਰ ਹੈ, ਇਹ ਬਣਿਆ ਤਾਂ ਆਪਾਂ ਨੂੰ ਜਿਵੇਂ ਆਪਾਂ ਕਹਿੰਦੇ ਨਾ ਵੀ ਪਰਾਲੀ ਨੂੰ ਆਪਾਂ ਨੂੰ ਅੱਗ ਲਾਉਣ ਦੀ ਲੋੜ ਨਾ ਪਵੇ, ਕਿਉਂਕਿ ਸਰਕਾਰ ਵੀ ਇਸ ਚੀਜ਼ ਦੇ ਪਿੱਛੇ ਪਈ ਆ। ਆਪਾਂ ਨੂੰ ਵੀ ਚਾਹੀਦਾ ਵਾ ਵੀ ਜੇ ਆਪਾਂ ਖੇਤ ਦੀ ਵਿੱਚ, ਜਿਵੇਂ ਸਾਡੀ ਕੰਪਨੀ ਹੈ ਸ਼ਕਤੀਮਾਨ, ਇਹਦੇ ਵਿੱਚ ਕਹਿੰਦੇ ਨੇ ਵੀ 13 ਤੁਜਕੋ ਅਰਪਨ,
कहने का मतलब कि खेतरे जो झोना गा लिया जो पराली है तुसी जीनस ले लिया यानी फसल ले लिया फसल लेके मंडी बेचती है पर जो बनता हक आपू दें नहीं खेत के पराली ज्यादा तीली ला के अग ला दें पराली चक्के बाहर सुट दें पर ए तेरा तुझको अर्पण यह साड़ी कंपनी ने एक नारा दिता ए जिम्मे पराली होगी वेस्टेज जो भी होगी खेत दे देवे की होगा एक तो अपनी जमीन ताकत रहूगी बेसिकली जो वरत्या जाता है सुपर सीडर सिर्फ बिजाई वास्ते झोने वास्ते ही है जी ते मशीन तो उपर कोई आपां सबसिडी वगैरह दे रहे हैं जां कुछ सबसिडी देखो जी इहदे विच 50% जे आम नॉर्मल जिमीदारां दी गल करिए वी जिन्हां ने सबसिडियां अपलाई कीतियां होईयां ने उन्हां नूं 50% सबसिडी मिल रही है जी फिर जिवें सोसायटियां ने कॉरपोरेट सोसायटियां ने जां अपने सैल्फ हैल्प ग्रुप ने जां जिहड़ियां पंचायतां ने उन्हां ने अपलाई कीता तो उन्हां नूं 80% इहदे ते सबसिडी ठीक है मिलती है पर हुण सबसिडी दी डेट खत्म हो गई है हुण जिहड़े 2-3 महीने पहला जिहड़े जिमीदार भरावां ने जां सब कॉरपोरेट सोसायटियां ने सबसिडी भरी सी ओह हुण इस चीज़ का लाहा ले रहे जी ते बाकी जिवें इस तों इलावा इहदे विच होर आपां जिवें जिवें इस चीज़ की गल करिए जिवें पहला बी हुंदा सीगा आह चीज़ां जिहड़ियां पाइपां तुसीं इहदे विच नवीआं इह वी चीज़ ऐड कीती है थोड़ा जिहा इह पाइपां वी थोड़ियां जिहियां ना मटीरियल टोटल मटीरियल ही यानी कहना मतलब भी बहुत वधिया लग्या होया वा गेयरबॉक्स देखो तुसीं साडा गेयरबॉक्स भी अंदर तैयार होंदा जिहड़ा साडा साइड ते गेयर आ ओह भी साडा जिहड़ा टॉप एंड एज मॉडल आ उहदे वाला गेयर चैंपियन वाला गेयर लग्या होया जी 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 अलावा जी बैक साइड से अपनी मशीनरी है ਇਹਦੇ ਬਾਰੇ ਵੀ ਤੁਸੀਂ ਦੱਸ ਰਹੇ ਸੀ ਇਹਦੇ ਵਿੱਚ ਕੀ ਨਵਾਂ ਜੀ ਸਰ ਅਸੀਂ ਕਹਿੰਦੇ ਹਾਂ ਨੋਮੈਟਿਕ ਪਲਾਂਟਰ ਮੱਕੀ ਦੀ ਬਿਜਾਈ ਵਾਸਤੇ ਇਹ ਸਪੈਸ਼ਲ ਮੱਕੀ ਦੀ ਬਿਜਾਈ ਲਈ ਜੀ ਇਹਦੇ ਨਾਲ ਤੁਸੀਂ ਸਰੋਂ ਦੇ ਦਾਣੇ ਤੋਂ ਲੈ ਕੇ ਤੁਸੀਂ ਕੋਈ ਵੀ ਜਿਹੜੀ ਬੀਜ ਹੈ ਜਿਵੇਂ ਸੋਇਆਬੀਨ ਹੋ ਗਿਆ ਸੂਰਜਮੁਖੀ ਹੋ ਗਿਆ ਮੂੰਗਫਲੀ ਹੋ ਗਈ ਆ ਜਾਂ ਕੋਈ ਛੋਲੇ ਹੋ ਗਿਆ ਜਾਂ ਮਟਰ ਵਗੈਰਾ ਹੋ ਗਿਆ ਉਹ ਤੁਸੀਂ ਹਰ ਇੱਕ ਚੀਜ਼ ਦੀ ਇਹਦੇ ਨਾਲ ਬਿਜਾਈ ਕਰ ਸਕਦੇ ਹੋ ਓਕੇ ਓਕੇ ਠੀਕ ਹੈ ਜੀ ਇਹ ਬਰੀਕ ਤੋਂ ਲੈ ਕੇ ਮੋਟੇ ਤੱਕ ਬਰੀਕ ਤੋਂ ਲੈ ਕੇ ਮੋਟੇ ਤੱਕ ਜੀ ਉਹਦੇ ਵਾਸਤੇ ਇਹਦੇ ਵਿੱਚ ਇੱਕ ਤਰ੍ਹਾਂ ਦਾ ਜਿਵੇਂ ਵੈਕਿਊਮ ਪ੍ਰੈਸ਼ਰ ਇਹਨੂੰ ਕਹਿੰਦੇ ਆ ਜੀ ਵੈਕਿਊਮ ਦੇ ਨਾਲ ਚੱਲਦੀ ਆ ਇਹ ਜਿਹੜਾ ਵੀ ਦਾਣਾ ਜਾਂ ਬੀਜ ਆ ਇਹ ਹਵਾ ਦੇ ਨਾਲ ਹੀ ਉਹਨੂੰ ਖਿੱਚਦੀ ਆ ਮੈਂ ਤੁਹਾਨੂੰ ਥੋੜਾ ਜਿਹਾ ਬਰੀਕੀ ਨਾਲ ਸਮਝਾ ਦਿੰਦਾ ਹਾਂਜੀ ਹਾਂਜੀ ਆਓ ਆਪਾਂ ਨੂੰ ਸਰ ਪੂਰਾ ਬਰੀਕੀ ਨਾਲ ਦੱਸ ਰਹੇ ਆ ਨਾਲ ਨਾਲ ਦੇਖਦੇ ਰਹੋ ਹਨਾ ਇਹਦੇ ਵਿੱਚ ਦੇਖੋ ਜੀ ਉਹ ਵੈਕਿਊਮ ਪ੍ਰੈਸ਼ਰ ਆ ਉੱਥੋਂ ਇਹਨੇ ਦਾਣਾ ਜਿਹੜਾ ਹੈਗਾ ਇਹ ਇਸ ਜਗ੍ਹਾ ਤੋਂ ਇਹ ਦਾਣਾ ਚੁੱਕਦੀ ਹੈ ਇੱਥੇ ਨਾਲ ਵੈਕਿਊਮ ਦੇ ਨਾਲ ਜੀ ਜੀ ਠੀਕ ਹੈ ਜੀ ਫਿਰ ਇਹਦੇ ਵਿੱਚ ਆਪਾਂ ਮਤਲਬ ਕਿ ਪਾਉਣੇ ਆ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਆਪਣਾ ਸੀਡ ਤੇ ਇਹਨੂੰ ਥੋੜਾ ਖੋਲ ਸਕਦੇ ਹਾਂ ਦਿਖਾ ਸਕਦੇ ਜੀ ਸੀਡ ਤੇ ਦਾਣਾ ਦੋ ਚੀਜ਼ ਵੀ ਇਹਦੇ ਵਿੱਚ ਪੈਂਦੀ ਜੀ ਓਕੇ ਇਹਦੇ ਵਿੱਚ ਪਾ ਦਿੰਦੇ ਇਹਦੇ ਵਿੱਚ ਜਾਨੀ ਸੀਡ ਪੈਂਦਾ ਆਪਣਾ ਜੀ ਇਹਦੇ ਵਿੱਚ ਆਪਣਾ ਜਿਹੜਾ ਖਾਦ ਦੂਜਾ ਆਪਣਾ ਰਿਓ ਵਗੈਰਾ ਹੁੰਦਾ ਵਾ ਉਹ ਇਹਦੇ ਵਿੱਚ ਪੈ ਅੱਛਾ ਇਹ ਵੀ ਇਹਦੇ ਵਿੱਚ ਇਹ ਵੀ ਚੀਜ਼ ਮਤਲਬ ਕਿ ਆਪਾਂ ਨੂੰ ਦੱਸਣੀ ਚਾਹੀਦੀ ਐਡ ਕਿ ਮਤਲਬ ਕਿ ਇਹਦੇ ਨਾਲ ਰੇ ਵਗੈਰਾ ਆਪਾਂ ਇਹ ਵਾਸਤੇ ਹੈ ਜੀ ਹਾਂਜੀ ਤੇ ਇਹਦੇ 'ਚ ਆਪਾਂ ਬੀਜ ਪਾ ਸਕਦੇ ਉਹ ਨਾਲ ਨਾਲ ਉਵੇਂ ਉਵੇਂ ਗਿਰਦਾ ਰਹਿੰਦਾ ਤੇ ਉਹਦੇ ਨਾਲ ਮਤਲਬ ਕਿ ਉਹ ਡਰਾਈਵ ਦੇ ਨਾਲ ਚੱਲਦਾ ਜੀ ਉਹ ਜਿਵੇਂ ਇੱਥੋਂ ਚੱਲੂਗੀ ਇਹ ਡਰਾਈਵ ਚੱਲੂਗੀ ਤਾਂ ਡਰਾਈਵ ਦੇ ਨਾਲ ਇਹਨੇ ਜੋ ਹੈਗਾ ਰੇ ਵਗੈਰਾ ਹੈਗਾ ਉਹ ਚੱਲੂਗਾ ਤੇ ਉਹਦੀ ਟਾਇਰ ਦੀ ਡਰਾਈਵ ਦੇ ਨਾਲ ਹੀ ਕਹਿੰਦਾ ਮਤਲਬ ਜਿਹੜਾ ਬੀ ਆ ਨੀਚੇ ਆਪਣਾ ਜਿਹੜੀ ਡੈਪਥ ਉਹਦੀ ਹੈਗੀ ਆ ਜਿਵੇਂ ਆਪਾਂ ਬੀ ਨੂੰ 10 ਇੰਚ ਦੇ ਬੰਨਤਾ 7 ਇੰਚ ਦੇ ਬੰਨਤਾ 6 ਇੰਚ ਦੇ ਬੰਨਤਾ ਤਾਂ ਪ੍ਰੋਪਰ ਉਹ 19 ਵਿੱਥ ਦੇ ਉੱਤੇ ਹੀ ਬੀ ਨੂੰ ਛੁੱਟੂ ਜੀ ਜੀ ਤੇ ਇੱਕ ਇਹ ਵੀ ਹੈ ਤੇ ਇਹਦੇ ਨਾਲ ਮਤਲਬ ਕਿ ਜਦੋਂ ਆਪਣੀ ਜਿਹੜੀ ਰੇ ਹੈ ਉਹਦੀ ਵੀ ਲਾਗਤ ਘਟੂਗੀ ਮਤਲਬ ਕਿ ਜਿਵੇਂ ਆਪਾਂ ਇਹਦੇ ਨਾਲ ਨਾਲ ਪਾਵਾਂਗੇ ਸਰ ਉਹਦੇ ਵਿੱਚ ਇਹ ਆ ਆਪਾਂ ਦੇਖੋ ਇਹਦੇ ਵਿੱਚ ਨੰਬਰ ਦਿੱਤੇ ਹੋਏ ਨੇ ਆਪਾਂ ਰੇ ਤੇ ਬੀ ਨੂੰ ਆਪਾਂ ਇਸ ਤਰੀਕੇ ਦੇ ਨਾਲ ਇਹਦੇ ਵਿੱਚ ਸੈੱਟ ਕਰ ਲੈਂਦੇ ਹਾਂ ਜਿਵੇਂ ਆਮ ਜਿਮੀਦਾਰ ਭਰਾ ਕੋਈ ਖੇਤ ਦੇ ਵਿੱਚ 40 ਕਿਲੋ ਪਾਉਂਦਾ ਜਾਂ 45 ਕਿਲੋ ਪਾਉਂਦਾ ਆਪਦੀ ਆਪਦੀ ਫਸਲ ਦੇ ਹਿਸਾਬ ਦੇ ਨਾਲ ਹਨਾ ਜਿੰਨੀ ਹਾਂ ਇੱਥੋਂ ਆਪਦੀ ਉਹਦੀ ਸੈਟਿੰਗ ਹੋ ਜਾਂਦੀ ਹੈ ਵੀ ਆਪਾਂ 1 ਏਕੜ ਦੇ ਵਿੱਚ ਪਰ ਏਕੜ ਦੇ ਵਿੱਚ ਕਿੰਨਾ ਆਪਾਂ ਰੇ ਪਾਉਣਾ ਜੀ ਸੈਟਿੰਗ ਫਿਰ ਆਪਾਂ ਇਹਦੇ ਤੋਂ ਕਰਦੇ ਹਾਂ ਇਹ ਤੋਂ ਸਿਰ ਘੁਮਾ ਕੇ ਉੱਪਰ ਨੂੰ ਜਾਂ ਨੀਚੇ ਨੂੰ ਠੀਕ ਹੈ ਠੀਕ ਹੈ ਘੁਮਾਵਾਂਗੇ ਤਾਂ ਉਹਦੀ ਸੈਟਿੰਗ ਆ ਜੂ ਫਿਰ ਜਿਹੜੇ ਇਹਦੇ ਪਿਸਤੌਲ ਨੇ ਆਹ ਇਹ ਪਲਾਸਟਿਕ ਦੇ ਨੇ ਆਹ ਕੀ ਹੁੰਦਾ ਵਾ ਜੇ ਆਪਾਂ ਇਹਦੇ ਵਿੱਚ ਕੋਈ ਲੋਹੇ ਦੇ ਪਿਸਤੌਲ ਪਾਉਂਦੇ ਆ ਤਾਂ ਆਹ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਜੀ ਤੇ ਇਹ ਵੀ ਕਾਫੀ ਯਾਨੀ ਪਲੱਸ ਪੁਆਇੰਟ ਹੀ ਆ ਵੀ ਇਹਦੇ ਵਿੱਚ ਇਹ ਰਬੜ ਲੱਗੀ ਹੋਈ ਆ ਹਾਂਜੀ ਹਾਂਜੀ ਤੇ ਆਪਣਾ ਰੇ ਵੀ ਰੇ ਆਪਣਾ ਖਰਾਬ ਨਹੀਂ ਹੋਊਗਾ ਖਰਾਬ ਨਹੀਂ ਹੁੰਦੀ ਜੀ ਨਾ ਹੀ ਪਿਸਤੌਲ ਖਰਾਬ ਹੋਊਗਾ ਜੀ ਤੇ ਸਰ ਜੀ ਜਿਵੇਂ ਆਪਾਂ ਇਹਦੇ ਵਿੱਚ ਆਪਾਂ ਬੀਜ ਦੀ ਗੱਲ ਕਰੀਏ ਜਾਂ ਰੇ ਦੀ ਗੱਲ ਕਰੀਏ ਤੇ ਕਿੰਨੇ ਕਿੰਨੇ ਕਿਲੋ ਪੈ ਜਾਂਦਾ ਫਿਰ ਇਹਦੇ ਵਿੱਚ ਤਕਰੀਬਨ ਜੀ ਆਪਣਾ 30-40 ਕਿਲੋ ਤਾਂ ਇਹਦੇ ਵਿੱਚ ਪੈ ਜਾਂਦਾ ਇਹਦੇ ਵਿੱਚ ਪੈ ਜਾਂਦਾ ਇਹ ਵੈਸੇ ਦੇਖਣ 'ਚ ਛੋਟਾ ਲੱਗ ਰਿਹਾ ਜੀ ਛੋਟਾ ਲੱਗਦਾ ਸੀਗਾ ਪਰ ਪੈ ਜਾਂਦਾ ਜੀ ਪੈ ਜਾਂਦਾ ਇਹ 'ਚ ਓਕੇ ਤੇ ਉਹਦੇ 'ਚ ਸੇਮ ਹੀ ਪੈਂਦਾ ਉਹਦੇ ਵਿੱਚ ਤਕਰੀਬਨ ਮੇਰੇ ਹਿਸਾਬ ਦੇ ਨਾਲ 1 ਗੱਟਾ ਉਹਦੇ ਵਿੱਚ ਪੈ ਜਾਂਦਾ 1 ਗੱਟੇ ਤੋਂ ਜ਼ਿਆਦਾ ਪੈ ਜਾਂਦੀ ਹੈ ਜੀ ਉਹਦੇ ਵਿੱਚ ਓਕੇ ਓਕੇ ਜੀ ਤੇ ਉਸ ਤੋਂ ਬਾਅਦ ਆਪਣੇ ਇਹ ਪਿਛਲੇ
वाला जो वाला सिस्टम आ गया थोड़ा थोड़ी जी डेप्थ कंट्रोलर होंगे जी ए अपना उचा नीमा कि रखना वा पिछे टायर लगे जो बी आ गया बी ना नंगा नहीं रहना देना ठीक है जड़ां लम्मियां कह दिए कुछ होर आम फसदियां ने कट करके उत्थों यानी कट करके डिस्कनेक्ट कर दिंदियां ठीक है ठीक है डिस्कां दा भी बेनिफिट बहुत जी ते फिर आपां जे आपां ट्रैक्टर दी जिवें हुण डीजलां दे रेट महंगे हो रहे आ पेट्रोल डीजल दे ਅਤੇ ਆਪਾਂ ਇਹਦੇ ਨਾਲ ਕੋਈ ਜਿਵੇਂ ਦੋਨੇ ਮਸ਼ੀਨਾਂ ਜਿਹੜੀਆਂ ਆਪਾਂ ਦੱਸਾਂਗੇ ਇਹਨਾਂ ਨਾਲ ਕੋਈ ਉਹਨੂੰ ਫਰਕ ਪਊਗਾ ਚੀਜ਼ ਦਾ ਸਰ ਇਹਦੇ ਵਿੱਚ ਇਹ ਚੀਜ਼ ਆ ਦੇਖੋ ਜੇ ਆਪਾਂ ਨੋਰਮਲ ਜਾਂ ਮਤਲਬ ਕਿ ਮੰਨ ਕੇ ਚਲੋ ਸਮੇਂ ਦੀ ਗੱਲ ਕਰੀਏ ਬੱਚਤ ਦੀ ਸਮੇਂ ਦੀ ਵੀ ਬੱਚਤ ਹੋਊਗੀ ਜੀ ਇਹਦੇ ਨਾਲ ਦੂਸਰੀ ਚੀਜ਼ ਇਹ ਆ ਜਿਵੇਂ ਇਹ ਮਸ਼ੀਨ ਆ ਆਪਾਂ ਆਮ ਕਹਿ ਦਿੰਦੇ ਹਾਂ ਵੀ ਆਪਾਂ ਵੈਸੇ ਹੱਥਾਂ ਦੇ ਨਾਲ ਬਿਜਾਈ ਕਰਾ ਲਈਏ ਜਾਂ ਕੁਛ ਉਦੋਂ ਆਪਣੇ ਕਈ ਵਾਰ ਕੀ ਆ ਜਿਹੜਾ ਬੀਜ਼ ਆ ਉਹਦੀ ਡੈਪਥ ਆ ਜਿਹੜੀ ਕਈ ਵਾਰ ਉਹ ਘੱਟ ਜਾਂਦੀ ਹੈ ਕਈ ਵਾਰ ਵੱਧ ਜਾਂਦੀ ਕਈ ਵਾਰ ਦੋ ਡਬਲਿੰਗ ਵੀ ਹੋ ਜਾਂਦੀ ਟ੍ਰਿਪਲਿੰਗ ਵੀ ਹੋ ਜਾਂਦੀ ਆ ਜਿਹੜੇ ਮਜ਼ਦੂਰ ਭਾਈ ਹੈਗੇ ਕਿਉਂਕਿ ਸਾਰਾ ਦਿਨ ਤਾਂ ਬੰਦਾ ਨੀਵਾਂ ਹੋ ਕੇ ਬਿਜਾਈ ਕਰ ਨਹੀਂ ਸਕਦਾ ਗਾ ਕਈ ਵਾਰ ਥਕਾਵਟ ਹੋ ਜਾਂਦੀ ਉਹਦੇ ਨਾਲ ਉਹ ਬੀਜ ਦੀ ਵਾਧ ਘੱਟ ਹੋ ਜਾਂਦੀ ਹੈ ਪਰ ਇਹ ਮਸ਼ੀਨ ਦੇ ਨਾਲ ਕੀ ਆ ਵੀ ਜਿੱਥੇ ਤੁਸੀਂ ਇੱਕ ਵਾਰ ਵੀ ਮੰਨ ਦਿੱਤਾ ਤਾਂ ਸਾਰਾ ਦਿਨ ਇਹ 19 ਜਗ੍ਹਾ 'ਤੇ ਹੀ ਮਤਲਬ ਕਿ ਸੁੱਤੀ ਧਰੀ ਜਾਣੇ ਨੇ ਪੂਰੀ ਸੁੱਤੀ ਧਰੂਗੀ ਉਹਦੇ ਵਿੱਚ ਕੀ ਆ ਕਸਟਮਰ ਦਾ ਫਾਇਦਾ ਇਹ ਆ ਨਾਲੇ ਤਾਂ ਤੁਹਾਡਾ ਰੇ ਪ੍ਰੋਪਰ ਜਿੰਨੀ ਦੀ ਲੋੜ ਆ ਤੁਹਾਨੂੰ ਉਨਾ ਹੀ ਲੱਗੂ ਨਹੀਂ ਪਊ ਜਿੰਨਾ ਤੁਹਾਡਾ ਬੀ ਦੀ ਕੰਜਪਸ਼ਨ ਹੋਣੀ ਆ ਬੀ ਵੀ ਤੁਹਾਡਾ ਉਨਾ ਹੀ ਲੱਗੂਗਾ ਤੁਹਾਡਾ ਐਕਸਟਰਾ ਨਹੀਂ ਕੁਛ ਹੋਊਗਾ ਮਤਲਬ ਨੁਕਸਾਨ ਨਹੀਂ ਹੋਊਗਾ ਹਾਂ ਨੁਕਸਾਨ ਨਹੀਂ ਹੁੰਦਾ ਬਿਲਕੁਲ ਠੀਕ ਹੈ ਕਿਉਂਕਿ ਬੀ ਦੇ ਭਾਅ ਇੰਨੇ ਜ਼ਿਆਦਾ ਨੇ ਜੀ ਅੱਜ ਕੱਲ੍ਹ ਹਰ ਇੱਕ ਚੀਜ਼ ਦੇ ਰਿਓ ਦੇ ਲਾ ਲਓ ਇਹਦੇ ਲਾ ਲਓ ਜੀ ਹੈਨਾ ਅਤੇ ਇਹਦਾ ਉਸ ਤੋਂ ਮਤਲਬ ਕਿ ਇਹਦੇ 'ਤੇ ਇੱਕ ਜਿਵੇਂ ਟਰੈਕਟਰ ਦਾ ਪਾਵਰ ਵੀ ਆਪਾਂ ਨੂੰ ਨੋਟ ਕਰਵਾਉਣੀ ਪੈਣੀ ਸਰ ਇਹਦੇ 'ਤੇ 50 ਤੋਂ 55 ਐਚ ਪੀ ਟਰੈਕਟਰ ਚਾਹੀਦਾ ਜੀ ਇਹਨੂੰ ਜੀ ਹਾਂਜੀ ਅਤੇ ਥੋੜ੍ਹਾ ਜਿਹਾ ਉਹਦੇ ਅੱਗੇ ਵੇਟ ਵੀ ਹੋਵੇ ਤਾਂ ਬਹੁਤ ਜ਼ਿਆਦਾ ਵਧੀਆ ਕਿਉਂਕਿ ਥੋੜ੍ਹਾ ਜ਼ਿਆਦਾ ਵੇਟ ਹੁੰਦਾ ਵਾ ਜ਼ਿਆਦਾ ਵੇਟ ਹੈ ਹਾਂਜੀ ਬਿਲਕੁਲ ਵੈਸੇ ਹੀ ਵੀ ਦੇਖਣ ਦੇ ਵਿੱਚ ਵੀ ਆਪਾਂ ਨੂੰ ਲੱਗ ਰਿਹਾ ਨਾ ਜੀ ਠੀਕ ਹੈ ਤੋ ਇਸ ਤੋਂ ਇਲਾਵਾ ਸਰ ਇਹਦੇ ਬਾਰੇ ਆਪਾਂ ਹੋਰ ਕੁਝ ਨਵਾਂ ਪੁਆਇੰਟ ਹੈ ਕੁਝ ਬਾਕੀ ਤੁਹਾਡੇ ਸਾਹਮਣੇ ਹੈ ਜੀ ਹਾਂਜੀ ਸ਼ਕਤੀਮਾਨ ਆ ਜੇ ਤੁਸੀਂ ਗੂਗਲ ਵਗੈਰਾ ਤਾਂ ਵੀ ਸਰਚ ਕਰੋਗੇ ਤੀਰਥ ਐਗਰੋ ਟੈਕਨੋਲੋਜੀ ਨਾਮ ਤੇ ਇਹ ਚੀਜ਼ ਜ਼ਰੂਰ ਦੱਸੋ ਕਿ ਜਿਵੇਂ ਮਤਲਬ ਕਿ ਆਪਣੇ ਕੋਲੇ ਬੰਦੇ ਕਿਸਾਨ ਭਰਾ ਤੁਹਾਡੇ ਨਾਲ ਕੰਟੈਕਟ ਕਰਨਗੇ ਤਾਂ ਉਹ ਤੁਹਾਡੇ ਕੋਲ ਤੁਹਾਡੇ ਨਾਲ ਕਿਵੇਂ ਜੁੜ ਸਕਦੇ ਆ ਕਿਵੇਂ ਇੰਪਲੀਮੈਂਟ ਕਰੀ ਸਕਦੇ ਤਾਂ ਦੇਖੋ ਵੀ ਜੇ ਤੁਸੀਂ ਗੂਗਲ ਵਗੈਰਾ ਤਾਂ ਵੀ ਸਰਚ ਕਰੋਗੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੀਰਥ ਐਗਰੋ ਟੈਕਨੋਲੋਜੀ ਹੈ ਜਿਹੜੀ ਰਾਜਕੋਟ ਗੁਜਰਾਤ ਉਹਦਾ ਜਦੋਂ ਤੁਸੀਂ ਇੱਥੇ ਵੀ ਤੁਸੀਂ ਸਾਹਮਣੇ ਲਿਖਿਆ ਹੈ ਵਾ ਉਹਦਾ ਵੀ ਤੁਸੀਂ ਸ਼ਾਰਟ ਥੋੜ੍ਹਾ ਜਿਹਾ ਲੈ ਕੇ ਜਾਇਓ ਜ਼ਰੂਰ ਜ਼ਰੂਰ ਅਤੇ ਉਹ ਸਾਈਡ ਆ ਜਿਹੜੀ ਤੁਸੀਂ ਉਹ 'ਤੇ ਵੀ ਜੇ ਤੁਸੀਂ ਦੇਖੋਗੇ ਤੁਸੀਂ ਉਹਦਾ ਸਾਰਾ ਤੁਹਾਨੂੰ ਪਤਾ ਲੱਗੂਗਾ ਵੀ ਸ਼ਕਤੀਮਾਨ ਜਿਹੜੀ ਹੈਗੀ ਆ ਆਪਣੇ ਹਿੰਦੁਸਤਾਨ ਦੀ ਕੰਪਨੀ ਆ ਇਹ ਬਹੁਤ ਬੜੀ ਜਾਣੀ ਮਾਰਕੀਟ ਦੇ ਵਿੱਚ ਇਹਦਾ ਕਹਿ ਦਈਏ ਵੀ ਇੰਪਲੀਮੈਂਟ ਇੰਨੇ ਜ਼ਿਆਦਾ ਨੇ ਮਾਰਕੀਟ ਸ਼ੇਅਰ ਵੀ ਬਹੁਤ ਵਧੀਆ ਬਾਕੀ ਜਿਹੜਾ ਜਿੰਨੇ ਵੀ ਇਹਦੇ ਜਾਣੀ ਪ੍ਰੋਡਕਟ ਆ ਸਾਰੇ ਆਪਦੀ ਛੱਤ ਥੱਲੇ ਤਿਆਰ ਕਰਦੀ ਹੈ ਜੀ ਕੰਪਨੀ ਬਾਹਰੋਂ ਕੋਈ ਵੀ ਚੀਜ਼ ਕਹਿਣ ਦਾ ਮਤਲਬ ਵੀ ਲੈਂਦੀ ਨਹੀਂ ਜਿਵੇਂ ਨਟ ਬੁਲਟ ਵਗੈਰਾ ਵੀ ਕਹਿ ਦਈਏ ਨਟ ਵਗੈਰਾ ਵੀ ਨਹੀਂ ਲੈਂਦੇ ਸਾਰਾ ਕੁਛ ਕੰਪਨੀ ਦੇ ਅੰਦਰ ਤਿਆਰ ਹੁੰਦਾ ਦੇਖੋ ਜ਼ਿਮੀਂਦਾਰ ਨੇ ਪੈਸੇ ਕਿਹੜਾ ਰੋਜ਼ ਰੋਜ਼ ਲਾਣੇ ਉਹਨੇ ਤਾਂ ਵਿਚਾਰੇ ਇੱਕ ਅੱਧੀ ਵਾਰੀ ਲਾਣੇ ਹੁੰਦੇ ਆ ਪੈਸੇ ਅਤੇ ਰੋਜ਼ ਰੋਜ਼ ਤਾਂ ਇੰਪਲੀਮੈਂਟ ਵੀ ਨਹੀਂ ਬਦਲੇ ਜਾਂਦੇ ਹੈ ਨਾ ਬਿਲਕੁਲ ਬਾਕੀ ਕੁਆਲਿਟੀ ਪੱਖੋਂ ਤੁਸੀਂ ਬਾਕੀ ਵੀ ਮਾਰਕੀਟ ਦੇਖੀ ਆ ਨਾ ਬਾਜ਼ਾਰ ਦੇਖ ਕੇ ਆਏ ਹੋ ਤੁਸੀਂ ਬਾਕੀ ਆਪਣੇ ਵੀ ਤੁਸੀਂ ਇੰਪਲੀਮੈਂਟ ਆ ਬਾਕੀ ਜ਼ਿਮੀਂਦਾਰ ਭਰਾਵਾਂ ਨੂੰ ਆਹ ਪਤਾ ਵੀ ਸ਼ਕਤੀਮਾਨ ਦਾ ਤਾਂ ਨਾਮ ਥੀਰਾ ਹੈਗਾ ਜੀ ਬਾਕੀ ਕੁਆਲਿਟੀ ਪੱਖੋਂ ਤੁਸੀਂ ਬਾਕੀ ਵੀ ਮਾਰਕੀਟ ਦੇਖੀ ਆ ਨਾ ਬਾਜ਼ਾਰ ਦੇਖ ਕੇ ਆਏ ਹੋ ਤੁਸੀਂ ਬਾਕੀ ਆਪਣੇ ਵੀ ਤੁਸੀਂ ਇੰਪਲੀਮੈਂਟ ਆ ਬਾਕੀ ਜ਼ਿਮੀਂਦਾਰ ਭਰਾਵਾਂ ਨੂੰ ਆਹ ਪਤਾ ਵੀ ਸ਼ਕਤੀਮਾਨ ਦਾ ਤਾਂ ਨਾਮ ਥੀਰਾ ਹੈਗਾ ਜੀ ਜੀ
अलावा आप जे एग्रीकल्चर जो कह दी किसान भरावान की जो आप गल करिए कोई सुनेहा नवे रूप से कोई देना चाहते हो? एक तो जी थोड़ा बहुत बहुत धन्यवाद जो फार्म हाउस वाले साढ़े इतने स्टॉल से आए जी। देखो थोड़े जरिए भी बहुत जिमीदार भरावान साड़ी मशीनरी बारे चानना पेगा जी जी। जेडे जिमीदार भरा इतने नहीं भी आ सकते वह भी थोड़ा चैनल वगैरह देखे। बाकी मेरे जिन्हें जिमीदार भरा इस इन्हों चैनल देखते हैं मेरी उन्होंने बेनती है कि ज़्यादा तो ज़्यादा सबसक्राइब करो है ना, तो होर भी लोगों तक ये सारी इंफॉर्मेशन पहुंचे। कई जिमीदार भरा खेती के जाने इन्ने के ज़्यादा बिजी होंगे मेलों से नहीं भी आ सकते है ना। थोड़ा एक बहुत धन्यवाद है जो तुम साढ़े को चल के आए हो, थोड़े जरिए देखो किन्ने जिमीदारों होर जानी ये चीज़ों बारे जानकारी मिलेगी। हाँ जी हाँ जी। सो सर जी आप ही तो बहुत बहुत धन्यवाद क्योंकि थोड़े जरिए सानू इस टेक्नोलॉजी बारे जो न्यू टेक्नोलॉजी आई है ठीक है तो ये दस्या प्रोपर जानकारी दी। तो ये जो मतलब कि शक्तिमान जी आप स्टॉल पर खड़े सी तो सर ने अपन बहुत वधिया दोनों इक्विपमेंट्स के बारे अपन इंप्लीमेंट्स के बारे दस्या मशीनरी बारे दस्या। तो आप अगली वीडियो के होर मशीनरी बारे गलबात करते हैं नवी टेक्नोलॉजी बारे गलबात करते हैं मिलते हैं अगली वीडियो के। तद तक बने रहो साडे मेरा फार्म हाउस चैनल से फेसबुक उपर और यूट्यूब के उपर साडे जो कि पेज न और चैनल लाइक तो सबसक्राइब करके रखियो, बेल आइकन की घंटी जरूर दबा के रखियो ता कि साडी आने वाली वीडियो तो सर वर्गियां वर्गे लोग थोड़े नाल रूबरू हो सकन ते इन्हां वर्गी नवी टेक्नोलॉजी तुहाडे तक असीं लैके हाजिर हो सकीए। साडे चैनल ते बने रहियो। आप सब का बहुत बहुत धन्यवाद जी।